ਜੋ ਜਿਹੜਾ ਇਸ ਵੇਲੇ ਬਿਜਲੀ ਦਾ ਸੰਕਟ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਫੇਸ ਕਰ ਰਹੇ ਨੇ ਇਹ ਸਿੱਧਾ ਸਿੱਧਾ ਕਾਂਗਰਸ ਸਰਕਾਰ ਆ ਜਿਹੜੀ ਮੌਜੂਦਾ ਕੈਪਟਨ ਸਾਭ ਜੀ ਦੇ ਮੁੱਖ ਮੰਤਰੀ ਨੇ ਤੇ ਸਮੁੱਚੀ ਕਾਂਗਰਸ ਪਾਰਟੀ ਤੇ ਸਰਕਾਰ ਇਹਦੇ ਲਈ ਜ਼ਿੰਮੇਵਾਰ ਆ। ਔਰ ਸਭ ਤੋਂ ਸਸਤੀ ਬਿਜਲੀ ਪੰਜਾਬ ਦੇ ਵਿੱਚ ਅਸੀਂ ਪ੍ਰੋਡਿਊਸ ਕਰਨੀ ਸ਼ੁਰੂ ਕੀਤੀ ਔਰ ਪੰਜਾਬ ਦੇ ਲੋਕਾਂ ਨੂੰ ਲਗਭਗ ਅਸੀਂ 5 ਰੁਪਏ ਦੇ ਨੇੜੇ ਤੇਰੇ ਯੂਨਿਟ ਬਿਜਲੀ ਆਪਣੇ ਸਮੇਂ 'ਚ ਦਿੰਦੇ ਵੀ ਰਹੇ ਆ। ਇਹ ਜਿੱਦਨ ਦੀ ਸਰਕਾਰ ਇਹਨਾਂ ਕੋਲੇ ਗਈ ਆ ਉਦੋਂ ਬਾਅਦ ਇਹਨਾਂ ਨੇ ਇੱਕ ਵੀ 4.5 ਸਾਲ ਦੇ ਵਿੱਚ 1 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਮਿੰਦਰ ਸਿੰਘ ਦਿਗਪਾਲ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਬਿਜਲੀ ਦਾ ਸੰਕਟ ਹੈ ਵੱਡਾ ਕਾਰਨ ਜਿਹੜਾ ਕਿ ਉੱਪਰ ਕੇ ਪੰਜਾਬ ਦੇ ਵਿੱਚ ਬਾਹਰ ਆਇਆ ਹੈ ਜੇਕਰ ਸਿਆਸੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਸਾਰਿਆਂ ਦੇ ਵੱਲੋਂ ਇਸ ਦਾ ਸਿਆਸੀ ਲਾਹਾ ਵੀ ਲਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਲਗਾਤਾਰ ਲੱਗ ਰਹੇ ਵੱਡੇ ਵੱਡੇ ਬਿਜਲੀ ਦੇ ਕਟਾ ਨੇ ਜਿੱਥੇ ਆਮ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਉੱਤੇ ਹੀ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਹੈ ਉਹਦੀ ਵੀ ਨੀਂਦ ਜਿਹੜੀ ਕਿ ਹਰਾਮ ਕੀਤੀ ਹੋਈ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਕਿ ਬਿਜਲੀ ਦੇ ਕਟ ਲੱਗ ਰਹੇ ਨੇ ਗੱਲ ਜੇਕਰ ਇੰਡਸਟਰੀਜ਼ ਦੀ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ 1 2 ਤੇ 3 ਜੂਨ ਨੂੰ ਵੀ ਇੰਡਸਟਰੀ ਜਿਹੜੀ ਕਿ ਬੰਦ ਕਰਵਾਈ ਗਈ ਸੀ ਤੇ ਹੁਣ 7 8 9 ਤਰੀਕ ਨੂੰ ਵੀ ਜਿਹੜੀ ਕਿ ਇੰਡਸਟਰੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ ਕਿਉਂਕਿ ਕੋ ਲਗਾਤਾਰ ਕੋਵਿਡ ਦੇ ਦੌਰਾਨ ਮਸਾ ਮਸਾਈ ਜਿਹੜੇ ਲੋਕਾਂ ਦੇ ਜਿਹੜੇ ਕੰਮਕਾਰ ਸੀ ਉਹ ਥੋੜੇ ਜਿਹਾ ਲਾਈਨ ਤੇ ਆਏ ਸੀ ਸ਼ੁਰੂ ਹੋਏ ਸੀ ਕੰਮਕਾਰ ਲੋਕਾਂ ਨੂੰ ਥੋੜਾ ਜਿਹਾ ਫਾਇਦਾ ਹੋਣਾ ਸ਼ੁਰੂ ਹੋਇਆ ਸੀ ਪਰ ਜਿੱਦਾਂ ਹੀ ਹੁਣ ਕੰਮਕਾਰ ਚੱਲੇ ਨੇ ਉਦਾਂ ਹੀ ਜਿਹੜਾ ਕਿ ਬਿਜਲੀ ਸੰਕਟ ਹੈ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜੀ ਕਿ ਇੰਡਸਟਰੀ ਉਹ ਬੰਦ ਹੁੰਦੀ ਜਾ ਰਹੀ ਹੈ ਸੋ ਗੱਲਬਾਤ ਕਰਾਂਗੇ ਜਿਸੇ ਮੁੱਦੇ ਦੇ ਲੁਧਿਆਣਾ ਬੰਦ ਰਾਰ ਦੇਖੋ ਜਿਹੜਾ ਇਸ ਵੇਲੇ ਬਿਜਲੀ ਦਾ ਸੰਕਟ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਫੇਸ ਕਰ ਰਹੇ ਨੇ ਇਹ ਸਿੱਧਾ ਸਿੱਧਾ ਕਾਂਗਰਸ ਸਰਕਾਰ ਆ ਜਿਹੜੀ ਮੌਜੂਦਾ ਕੈਪਟਨ ਸਾਭ ਜੀ ਦੇ ਮੁੱਖ ਮੰਤਰੀ ਨੇ ਤੇ ਸਮੁੱਚੀ ਕਾਂਗਰਸ ਪਾਰਟੀ ਤੇ ਸਰਕਾਰ ਇਹਦੇ ਲਈ ਜ਼ਿੰਮੇਵਾਰ ਆ ਜੇ ਅੱਜ ਪੰਜਾਬ ਦੇ ਲੋਕ ਇਹ ਸੰਤਾਪ ਭੋਗ ਰਹੇ ਨੇ ਤੇ ਇਹਦਾ ਕਾਰਨ ਹੈ ਕਾਂਗਰਸ ਸਰਕਾਰ ਦੀਆਂ ਨਲਾਕੀਆਂ ਗਲਤੀਆਂ ਤਵੱਜੋ ਨਾ ਦੇਣਾ ਧਿਆਨ ਨਾ ਦੇਣਾ ਔਰ ਘਰੇਲੂ ਕਲੇਸ਼ ਇਹਦੇ ਕਰਕੇ ਸਫਰ ਪੰਜਾਬ ਦੇ ਲੋਕ ਕਰ ਰਹੇ ਨੇ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਇੰਡਸਟਰੀ ਦਾ ਹੋ ਰਿਹਾ ਵਪਾਰੀਆਂ ਦਾ ਹੋ ਰਿਹਾ ਆਮ ਲੋਕਾਂ ਦਾ ਹੋ ਰਿਹਾ ਘਰਾਂ ਦੇ ਵਿੱਚ ਸੋ ਇਸ ਕਰਕੇ ਇਹਨੂੰ ਆਪਾਂ ਜਸ ਬਾਲੇ ਬਲਫਲੇ ਪਾ ਕੇ ਗੱਲ ਕਰਨ ਦੀ ਲੋੜ ਨਹੀਂ ਸਿੱਧੀ ਗੱਲ ਹੈ ਵੀ ਇਹ ਕਾਂਗਰਸ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ ਜਿਹੜਾ ਪੰਜਾਬ ਦੇ ਵਿੱਚ ਅੱਜ ਬਿਜਲੀ ਸੰਕਟ 10 ਸਾਲ ਤੋਂ ਲੁੱਸਾ ਤੁਸੀਂ ਵੀ ਰਾਜ ਕੀਤਾ ਲਗਾਤਾਰ ਪੰਜਾਬ ਦੇ ਵਿੱਚ ਕਾਂਦੀ ਪਾਲ ਦੀ ਸਰਕਾਰ ਰਹੀ ਹੈ ਕਿ ਉਦੋਂ ਵੀ ਇਹੀ ਹਾਲਾਤ ਸੀ ਦੇਖੋ ਜਦੋਂ ਅਸੀਂ ਰਾਜ ਸੰਭਾਲਿਆ ਸੀ ਜਦੋਂ ਸਾਨੂੰ ਸੇਵਾ ਦਿੱਤੀ ਸੀ ਪੰਜਾਬ ਦੇ ਲੋਕਾਂ ਨੇ 2007 ਵਿੱਚ ਉਦੋਂ ਇਹੀ ਹਾਲ ਸੀ ਕਿਉਂਕਿ 2002 ਦੇ ਵਿੱਚ ਜਦੋਂ ਕੈਪਟਨ ਸਾਹਿਬ ਨੂੰ ਲੋਕਾਂ ਨੇ ਸੇਵਾ ਦਿੱਤੀ ਸੀ ਉਦੋਂ ਪੰਜਾਬ ਲਗਭਗ 5800 ਮੈਗਾਵਾਟ ਬਿਜਲੀ ਪੈਦਾ ਕਰਦਾ ਸੀ ਸਾਡੀ ਸਰਕਾਰ ਜਦੋਂ ਜਿਖਈ ਆ ਇਹਨਾਂ ਦੀ ਆਈ ਆ ਔਰ 5 ਸਾਲ ਬਾਅਦ ਜਦੋਂ ਅਸੀਂ ਦੁਬਾਰਾ ਸਰਕਾਰ ਲੋਕਾਂ ਨੇ ਸਾਨੂੰ ਦਿੱਤੀ ਸੇਵਾ ਸਾਨੂੰ ਦਿੱਤੀ 7 ਦੇ ਵਿੱਚ ਤੇ 5800 ਮੈਗਾਵਾਟ ਹੀ ਉਦੋਂ ਬਿਜਲੀ ਪੰਜਾਬ ਪੈਦਾ ਕਰਦਾ ਸੀ ਕੋਈ ਇੱਕ ਮੈਗਾਵਾਟ ਵੀ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਪਲਾਂਟ ਨਹੀਂ ਲਾਇਆ ਕੋਈ ਕਿਸੇ ਪਾਸੇ ਕਿਸੇ ਸਿਸਟਮ ਨੂੰ ਕੋਈ ਸੋਲਰ ਸਿਸਟਮ ਜਾਂ ਕੁਝ ਨਹੀਂ ਕੀਤਾ ਕੈਪਟਨ ਸਾਹਿਬ ਨੇ 5 ਸਾਲ ਰਹਿਮਾਨ ਕਰਕੇ ਬੈਠ ਕੇ ਆਪਣਾ ਚੱਲਦੇ ਬਣੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਜਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਵੀ ਸਾਨੂੰ ਮੌਕਾ ਦਿਓ ਅਸੀਂ ਪੰਜਾਬ ਨੂੰ ਬਿਜਲੀ ਪੱਕਾ ਸਰਪਲਸ ਕਰਾਂਗੇ ਔਰ ਲੋਕਾਂ ਨੇ ਭਰੋਸਾ ਕੀਤਾ ਤੇ ਭਰੋਸੇ ਦੇ ਅਨੁਸਾਰ ਅਸੀਂ ਆਪਣਾ ਜਦੋਂ ਸਾਨੂੰ ਸੇਵਾ ਮਿਲੀ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਕੰਮ ਕਰਦੇ 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 ਅਸੀਂ ਫਿਰ ਪ੍ਰਾਈਵੇਟ ਸਿਸਟਮ ਦੇ ਨਾਲ ਰਲ ਕੇ ਪਲਾਂਟ ਲਾਏ ਪਲਾਂਟਾਂ ਦਾ ਜਦੋਂ ਕੰਮ ਜਦੋਂ ਚਲੋ ਦੇਖੋ ਲਾਉਣਾ ਪੈਂਦਾ ਇਹਨੂੰ ਕਿਸੇ ਚੀਜ਼ ਨੂੰ ਜਦੋਂ ਇੰਸਟਾਲ ਕਰਨਾ ਟਾਈਮ ਤਾਂ ਲੱਗਦਾ ਚਲੋ ਟਾਈਮ ਦੇ ਵਿੱਚ ਜਿੰਨਾ ਹੋ ਸਕੇ ਜਿੰਨਾ ਜਲਦੀ ਹੋ ਸਕੇ ਕਿਉਂਕਿ ਉੱਤੇ ਉੱਪਰ ਸਰਕਾਰ ਕਾਂਗਰਸ ਦੀ ਸੀ ਮਨਮੋਹ ਸਿੰਘ ਹੋਣੀ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਉਹਨਾਂ ਦੇ ਜੋ ਕਾਇਦੇ ਕਾਨੂੰਨ ਬਣਾਏ ਸੀ ਜੋ ਉਹਨਾਂ ਨੇ ਫਾਰਮੈਟ ਬਣਾਇਆ ਸੀ ਇਹਦੇ ਵਾਸਤੇ ਬਿਜਲੀ ਦੇ ਦੇਸ਼ ਭਰ ਦੇ ਵਿੱਚ ਜੇ ਕਿਸੇ ਨੇ ਪ੍ਰਾਈਵੇਟ ਪਲਾਂਟ ਲਾਉਣਾ ਹੋਵੇ ਉਹਦੇ ਲਈ ਜੋ ਉਹਨਾਂ ਨੇ ਕਾਇਦਾ ਕਾਨੂੰਨ ਬਣਾਇਆ ਸੀ ਉਹਦੇ ਕਾਇਦੇ ਕਾਨੂੰਨ ਦੇ ਅਨੁਸਾਰ ਪੰਜਾਬ ਨੇ ਉਸ ਵੇਲੇ 3 ਥਰਮਲ ਪਲਾਂਟ ਜਿਹੜੇ ਲਾਏ ਸੀ ਜਿਹੜੇ ਭਾਰਤ ਵਿੱਚ 7 ਪਲਾਂਟ ਉਸ ਵੇਲੇ ਲੱਗੇ ਸੀ ਸਾਰਿਆਂ ਤੋਂ ਘੱਟ ਰੇਟ ਬਿਜਲੀ ਦਾ ਪੰਜਾਬ ਨੇ ਉਹਨਾਂ ਦੇ ਨਾਮ ਮਕਰਰ ਕੀਤਾ ਸੀ ਜਿਹੜੇ ਪ੍ਰਾਈਵੇਟ ਸਾਡੇ ਅਦਾਰੇ ਜਿਹਦੇ ਆਏ ਸੀ ਸਾਡੇ ਕੋਲੇ ਸਭ ਤੋਂ ਘੱਟ ਰੇਟ ਮਕਰਰ ਕੀਤਾ ਗਿਆ ਸੀ। ਔਰ ਪਲਾਂਟ ਲਾਏ ਔਰ ਇੱਕ ਸਮਾਂ ਆ ਗਿਆ ਸੀ ਵੀ ਸਾਡੇ ਕੋਲੇ 13000 ਮੈਗਾਵਾਟ ਬਿਜਲੀ ਪੰਜਾਬ ਦੇ ਪੈਦਾ ਕਰਦਾ ਸੀ ਤੇ ਸਾਡੀ ਖਪਤ ਸੀਗੀ ਜਿਹੜੀ 11000 ਮੈਗਾਵਾਟ ਤੇ ਸਾਡੇ ਕੋਲੇ ਸਰਪਲਸ ਹੋ ਗਈ ਸੀ ਬਿਜਲੀ। ਪੰਜਾਬ ਸਰਪਲਸ ਸਟੇਟ ਹੋਇਆ ਸੀ। ਇਸ ਗੱਲ ਕਰਕੇ ਸਾਨੂੰ ਭਾਰਤ ਸਰਕਾਰ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਬਿਜਲੀ ਮੰਤਰਾਲਾ ਸਾਡਾ ਉਹ ਤੋਂ ਸਰਦਾਰ ਸੁਖਵੀਰ ਸਿੰਘ ਉਹਨਾਂ ਦੇ ਕੋਲੇ ਸੀ। ਇਨਾਂ ਨੂੰ ਸਨਮਾਨ ਵੀ ਕੀਤਾ ਮਾਨ ਵੀ ਕੀਤਾ ਇਸ ਕਰਕੇ ਵੀ ਕੀਤਾ ਕਿਉਂਕਿ ਅਸੀਂ ਲਗਭਗ 5000 ਕਰੋੜ ਰੁਪਇਆ ਲਾ ਕੇ ਪੰਜਾਬ ਦਾ ਟ੍ਰਾਂਸਮਿਸ਼ਨ ਸਿਸਟਮ ਜਿਹੜਾ ਪੰਜਾਬ ਦੀ ਸਪਲਾਈ ਟ੍ਰਾਂਸਫਾਰਮਰ ਵੱਡੇ ਕੀਤੇ ਲੈਣਾ ਵਧੀਆਂ ਕੀਤੀਆਂ ਨਵੇਂ ਪੋਲ ਲਾਏ ਨਵੀਆਂ ਤਾਰਾਂ ਪਾਈਆਂ ਬਹੁਤ ਸਿਸਟਮ ਨੂੰ ਅਪਗ੍ਰੇਡ ਕੀਤਾ ਜਿਹਦੇ ਵਿੱਚ ਲਗਭਗ 400 ਤੇ 66 ਕਰੋੜ ਦੇ ਕਰੀਬ ਲੁਧਿਆਣਾ ਸ਼ਹਿਰ ਚ ਲੱਗਿਆ ਸੀ ਤੇ 80 ਕਰੋੜ ਉਹਦੇ ਵਿੱਚੋਂ ਸਾਡੇ ਈਸਟ ਵਿੱਚ ਲੱਗਿਆ ਸੀ ਅਸੀਂ ਸਾਰਾ ਸਿਸਟਮ ਅਪਗ੍ਰੇਡ ਕੀਤਾ ਸੀ ਸਾਰੇ ਟਰਾਂਸਫਾਰਮਰ ਜਿਹੜਾ 210 ਦਾ ਸੀ ਉਹਨੂੰ 500 ਦਾ ਕੀਤਾ ਜਿਹੜਾ 100 ਦਾ ਸੀ ਉਹਨੂੰ 200 ਦਾ ਕੀਤਾ ਜਿਹੜਾ 50 ਦਾ ਸੀ ਉਹਨੂੰ 100 ਦਾ ਕੀਤਾ ਔਰ ਨਵੀਆਂ ਕੇਬਲਾਂ ਪਾਈਆਂ ਦੋ ਦੋ ਅਸੀਂ ਬਿਜਲੀ ਘਰ ਵੀ ਨਵੇਂ ਬਣਾਏ ਸੀ ਇੱਕ ਜੇਲ੍ਹ ਦੇ ਕੋਲੇ ਇੱਕ ਮਿਹਰਬਾਨ ਚੁੰਗੀ ਤੇ ਦੋ ਅਸੀਂ ਬਿਜਲੀ ਘਰ ਅਪਗ੍ਰੇਡ ਕੀਤੇ ਸੀ ਇੱਕ ਜਿਹੜਾ ਸਾਡਾ ਸੁੰਦਰ ਨਗਰ ਵਾਲਾ ਜਿਹੜਾ ਕੱਕੋ ਰੋਡ ਤੇ ਪੈਂਦਾ ਇੱਕ ਜਿਹੜਾ ਚੰਡੀਗੜ੍ਹ ਰੋਡ ਤੇ ਇਹ ਅਪਗ੍ਰੇਡ ਕੀਤੇ ਸੀ ਕਾਂ ਕਿ ਇੱਕ ਉਹ ਦੇਖੋ ਬਿਜਲੀ ਪੈਦਾ ਕਰਨੀ ਬਿਜਲੀ ਲੈ ਲੈਣੀ ਇੱਕ ਲੱਗ ਚੀਜ਼ ਆ ਤੇ ਲੋਕਾਂ ਦੇ ਘਰ ਤੱਕ ਪਹੁੰਚਾਉਣੀ ਦੂਜੀ ਗੱਲ ਸਰਦਾਰ ਚਕਬੀਰ ਸਿੰਘ ਬਾਦਲ ਉਹਨਾਂ ਨੇ ਕੱਲ ਬੜੀ ਡਿਟੇਲ ਦੇ ਵਿੱਚ ਪ੍ਰੈਸ ਰਾਈ ਪੰਜਾਬ ਦੇ ਲੋਕਾਂ ਨੂੰ ਮੈਸੇਜ ਦਿੱਤਾ ਵੀ ਸਾਡੇ ਸਮੇਂ ਕੀ ਹਾਲਾਤ ਸੀ ਇਹਨਾਂ ਦੇ ਸਮੇਂ ਕਿਹੜੇ ਹਾਲਾਤਾਂ ਤੋਂ ਸਾਨੂੰ ਮਿਲਿਆ ਸੀ ਔਰ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਹਨੂੰ ਅਸੀਂ ਕਿਸ ਰੂਪ ਦੇ ਵਿੱਚ ਪੂਰਾ ਕੀਤਾ ਔਰ ਸਭ ਤੋਂ ਸਸਤੀ ਬਿਜਲੀ ਪੰਜਾਬ ਦੇ ਵਿੱਚ ਅਸੀਂ ਪ੍ਰੋਡਿਊਸ ਕਰਨੀ ਸ਼ੁਰੂ ਕੀਤੀ ਔਰ ਪੰਜਾਬ ਦੇ ਲੋਕਾਂ ਨੂੰ ਲਗਭਗ ਅਸੀਂ 5 ਰੁਪਏ ਦੇ ਨੇੜੇ ਤੇਰੇ ਯੂਨਿਟ ਬਿਜਲੀ ਆਪਣੇ ਸਮੇਂ 'ਚ ਦਿੰਦੇ ਵੀ ਰਹੇ ਆ ਸੋ ਆ ਹੁਣ ਇਹਨਾਂ ਦੀ ਸਰਕਾਰ ਆਈ ਆ ਇਹ ਜਿੱਦਨ ਦੀ ਸਰਕਾਰ ਇਹਨਾਂ ਕੋਲੇ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਵੀ 4.5 ਸਾਲ ਦੇ ਵਿੱਚ 1 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਸੋਲਰ ਸਿਸਟਮ ਨਹੀਂ ਲਾਇਆ ਔਰ ਜਦੋਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕੱਲ ਕਲੀਅਰ ਕੀਤਾ ਵੀ ਹਰ ਸਾਲ 500 ਮੈਗਾਵਾਟ ਬਿਜਲੀ ਪੰਜਾਬ ਦੇ ਵਿੱਚ ਡਿਮਾਂਡ ਵੱਧਦੀ ਆ ਤੇ ਤੁਸਮਝ ਲਓ ਜਦੋਂ ਅਸੀਂ ਛੱਡ ਕੇ ਗਏ ਸੀ ਉਦੋਂ 13000 ਮੈਗਾਵਾਟ ਬਿਜਲੀ ਬਣਦੀ ਸੀ ਅੱਜ 114000 ਮੈਗਾਵਾਟ ਬਿਜਲੀ ਪੰਜਾਬ ਦੀ ਵਿੱਚ ਅੱਜ ਡਿਮਾਂਡ ਆਈ ਹੈ ਤੇ ਦੇ 1500 ਮੈਗਾਵਾਟ ਬਿਜਲੀ ਘਟ ਗਈ ਤੇ 1500 ਮੈਗਾਵਾਟ ਬਿਜਲੀ ਦੀ ਇੰਤਜ਼ਾਮਤਾ ਸਰਕਾਰ ਨੇ ਕਰ ਲੈਣਾ ਜਿਹੜੀ ਸਰਕਾਰ ਮੌਜੂਦਾ ਤੇ ਜੇ ਇਹ ਪੰਜਾਬ ਸਰਕਾਰ ਨੇ 4 ਸਾਲ 4.5 ਸਾਲ ਹੱਥ ਤੇ ਹੱਥ ਰੱਖ ਕੇ ਟਾਈਮ ਗੁਜ਼ਾਰ ਦਿੱਤਾ ਮੈਲਾ ਜੋ ਨਿਕਲੇ ਨਹੀਂ ਇਹ ਜਿਹੜਾ ਵਿਭਾਗਾਂ માં ਜਿਨ੍ਹਾਂ ਦੇ ਕੋਲੇ ਹੈਗਾ ਪਹਿਲਾਂ ਤਾਂ ਸਿੱਧੂ ਛੱਡ ਕੇ ਭੱਜਿਆ ਹੱਥ ਘੜੇ ਕਰ ਗਿਆ ਅੱਜ ਗੱਲਾਂ ਦਿੰਦਾ ਸਲਾਹਾਂ ਦੇ ਰਿਹਾ ਔਰ ਕੈਪਟਨ ਸਾਹਿਬ ਕੋਲੇ ਮਹਿਕਮਾ ਉਹਨਾਂ ਨੇ ਇੱਕ ਵੀ ਇਸ ਮਹਿਕਮੇ ਦੀ ਮੀਟਿੰਗ ਨਹੀਂ ਕੀਤੀ ਟੈਕਨੀਕਲ ਬੰਦਾ ਆਇਆ ਦਾ ਸੀਐਮਡੀ ਨਹੀਂ ਲਾਇਆ ਤੇ ਜਿਸ ਕਰਕੇ ਇਹ ਸਾਰਾ ਜਿਹੜਾ ਅੱਜ ਸਾਡਾ ਨੁਕਸਾਨ ਹੋ ਰਿਹਾ ਅੱਜ ਪੰਜਾਬ ਦੇ ਲੋਕ ਇਹ ਜਿਹੜੀ ਤਰਸਦੀ ਨੂੰ ਭੋਗ ਰਹੇ ਨੇ ਜਿਹਦੇ ਕਰਕੇ ਸਾਨੂੰ ਅੱਜ ਇਹ ਸਰਕਾਰ ਦੀਆਂ ਨਲਾਇਕੀਆਂ ਦਾ ਰਿਜ਼ਲਟ ਸੋਹਬ ਪਲਾਂਟ ਤੁਸੀਂ ਗੱਲ ਕੀਤੀ ਤੁਸੀਂ ਕਿਹਾ ਵੀ ਅਕਾਲੀ ਦਲ ਦੇ ਵੱਲੋਂ ਪਲਾਂਟ ਲਗਾਈ ਗਏ ਸਨ ਪਰ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਵੀ ਅਕਾਲੀ ਦਲ ਸਰਕਾਰ ਜਦੋਂ ਗਈ ਹੈ ਤਿੰਨ ਪਲਾਂਟ ਬੰਦ ਕਰਕੇ ਗਏ ਨੇ ਜੋਰਾ ਆਮ ਆਦਮੀ ਆ ਗੁਮਦਾ ਕੀ ਗੱਲ ਕਰਨੀਆ ਉਹਨਾਂ ਨੂੰ ਉਹ ਨਾਦਾਨ ਲੋਕ ਨੇ ਨਾ ਸਮਝ ਲੋਕ ਨੇ ਉਹਨਾਂ ਨੂੰ ਕੀ ਪਤਾ ਵੀ ਰਾਜਨੀਤੀ ਕੀ ਹੁੰਦੀ ਆ ਉਹ ਤਾਂ ਇੱਕ ਛੜਪੇ ਮਾਰ ਲੋਕ ਨੇ ਕੋਈ ਇਧਰਲੀ ਪਾਰਟੀ ਚ ਆ ਗਿਆ ਕੋਈ ਇਧਰਲੀ ਪਾਰਟੀ ਚ ਆ ਗਿਆ ਉਹਨਾਂ ਨੂੰ ਤਜਰਬਾ ਹੀ ਕੋਈ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਜਿਹੜਾ ਸਿਸਟਮ ਚੱਲਦਾ ਕਿਵੇਂ ਆ ਰਾਜ ਕਿਵੇਂ ਚੱਲਦੇ ਨੇ ਬਿਜਲੀ ਕਿੱਥੋਂ ਪੈਦਾ ਕਰਨੀ ਆ ਛੜਕਾਂ ਕਿਵੇਂ ਬਣਨੀਆਂ ਇਹ ਤਾਂ ਸਿਰਫ ਇੱਕ ਗੱਪਾਂ ਦਾ ਗੁਵਾਰਾ ਵਾ ਗੱਪਾਂ ਜਿੰਨੀਆਂ ਮਰਜ਼ੀ ਸੁਣ ਲੋ ਇਹਨਾਂ ਤੋਂ ਕਹਾਣੀਆਂ ਜਿੰਨੀਆਂ ਮਰਜ਼ੀ ਸੁਣ ਲੋ ਇਹ ਤਾਂ ਦਿੱਲੀ ਦੇ ਵਿੱਚ ਦੇਖੋ ਸਭ ਤੋਂ ਮਹਿੰਗੀ ਬਿਜਲੀ ਦਿੱਲੀ ਦੇ ਵਿੱਚ ਆ 13 ਰੁਪਏ ਦੇ ਲਗਭਗ ਬਿਜਲੀ ਜਿਹੜੀ ਉਥੇ ਦੁਕਾਨਦਾਰਾਂ ਨੂੰ ਜਿਹਨੂੰ ਕਮਰਸ਼ੀਅਲ ਆਪਾਂ ਕਹਿੰਦੇ ਆ ਟ੍ਰੈਪ ਉਹ 13 ਰੁਪਏ ਦੇ ਕਰੀਬ ਆ ਦਿੱਲੀ ਦੇ ਵਿੱਚ ਔਰ ਜਿਹੜੀ ਇੰਡਸਟਰੀ ਆ ਉਹ 10 ਰੁਪਏ ਦੇ ਕਰੀਬ ਆ ਜਦਕਿ ਉਹਨਾਂ ਨਾਲੋਂ ਸਾਡੇ ਪੰਜਾਬ 'ਚ ਅੱਜ ਵੀ ਸਸਤੀ ਆ ਸਾਡਾ ਜਿਹੜਾ ਜਿਹੜਾ ਕਮਰਸ਼ੀਅਲ ਉਹ 10 ਰੁਪਏ ਦੇ ਨੇੜੇ ਤੇੜੇ 9.5 10 ਔਰ ਜਿਹੜਾ ਸਾਡਾ ਆਹਾ ਹੈਗਾ ਉਹ ਸਾਡੇ 9.5 ਦੇ ਨੇੜੇ ਤੇੜੇ ਆ ਇੰਡਸਟਰੀਅਲ ਬਿਜਲੀ ਘਰੇਲੂ ਬਿਜਲੀ ਵੀ 10 ਦੇ ਨੇੜੇ ਤੇੜੇ ਆ ਚਲੋ ਮਹਿੰਗੀ ਆ ਵੀ ਘਰੇਲੂ ਬਿਜਲੀ ਮਹਿੰਗੀ ਆ ਪਰ ਬਾਕੀ ਬਿਜਲੀ ਉਹਨਾਂ ਦੇ ਮੁਕਾਬਲੇ ਜਿੱਥੋਂ ਕਮਾਈ ਕਰਦੇ ਨੇ ਕਿਉਂਕਿ ਉੱਥੇ ਮੈਕਸਿਮਮ ਕਮਰਸ਼ੀਅਲ ਆ ਦਿੱਲੀ ਦੇ ਵਿੱਚ ਮੈਕਸਿਮਮ ਜਿਹੜੀ ਐਕਟੀਵਿਟੀ ਆ ਕਮਰਸ਼ੀਅਲ ਐਕਟੀਵਿਟੀ ਆ ਜਿੱਥੋਂ ਬਿਜਲੀ ਬੋਰਡ ਦਾ ਉਹਨਾਂ ਦਾ ਬਹੁਤ ਜ਼ਿਆਦਾ ਮੁਨਾਫਾ ਚਾ ਦਿੱਲੀ ਕਿਉਂਕਿ ਉਹ ਖਰੀਦੇ ਨੇ ਉਹਨਾਂ ਕੋਲੇ ਆਪਣਾ ਕੋਈ ਪਲਾਂਟ ਨਹੀਂ ਸਾਰਾ ਉਹ ਬਾਹਰੋਂ ਖਰੀਦਦੇ ਨੇ ਬਿਜਲੀ ਇੱਕ ਵੀ ਉਹਨਾਂ ਕੋਲੇ ਪਲਾਂਟ ਨਹੀਂ ਹੈ ਗੱਲਾਂ ਮਾਰਨ ਜਿੰਨੀ ਮਰਜ਼ੀ ਕਰijan ਇਹ ਕੇਜਰੀਵਾਲ ਕਹਿੰਦਾ ਸੀ ਜੀ ਜਦੋਂ ਮੇਰੀ ਸਰਕਾਰ ਬਣ ਗਈ ਮੈਂ ਸ਼ਿਲਾ ਦਿਖਸ਼ਿਤ ਨੇ ਜਿਹੜੇ ਕੀਤੇ ਨੇ ਸਮਝੌਤੇ ਉਹ ਸਾਰੇ ਰੱਦ ਕਰ ਦੂੰਗਾ ਅੱਜ ਆ ਦਿਨਾਂ ਦੇ 7 ਸਾਲ ਸਰਕਾਰ ਬਣੀ ਨੂੰ ਇਹ ਕਹਾਣੀ ਤੇ ਕਥਨੀ ਦੇ ਅਧੂਰੇ ਲੋਕ ਨੇ ਕਰਦੇ ਕੁਛ ਨਹੀਂ ਕਹਿੰਦੇ ਕੁਛ ਨਹੀਂ ਇਹਨਾਂ ਇਹਨਾਂ ਤੇ ਕੋਈ ਯਕੀਨ ਕਰਨਾ ਮੇਰੇ ਸਾਲਾ ਮੇਰਾ ਖਿਆਲ ਆ ਵੀ ਉਹ ਲੋਕਾਂ ਦੀ ਬਾਡੀ ਬੇਵਕੂਫੀ ਉਹ ਜੇ ਨਾ ਇਹਨਾਂ ਦੀ ਗੱਲਾਂ ਤੇ ਯਕੀਨ ਕਰਾਂਗੇ ਇਹਨਾਂ ਨੂੰ ਪਤਾ ਹੀ ਨਹੀਂ ਹੁਣ ਬੀਬੀ ਕਹਿੰਦੀ 2 3 ਪਲਾਟ ਬੰਦ ਕਰਕੇ ਤੇ ਜੇ ਪਲਾਂਟ ਬੰਦ ਹੋ ਗਏ ਸੀ ਤੇ ਚੱਲੇ ਕਿਹੜੇ ਬਿਜਲੀ ਕਿੱਥੋਂ ਮਿਲਦੀ ਰਹੀ ਹੁਣ ਤੱਕ ਬੰਦ ਤਾਂ ਇਹਨਾਂ ਨੇ ਕੀਤਾ ਏ ਕਾ ਕੇ ਜਿਹੜਾ ਇਸ ਵੇਲੇ ਆਪਣੇ ਬਠਿੰਡੇ ਵਾਲਾ ਥਰਮਲ ਪਲਾਂਟ ਸੀ ਇਹ ਕੈਪਟਨ ਸਰਕਾਰ ਨੇ ਆ ਕੇ ਬੰਦ ਕਰਤਾ ਔਰ ਅੱਜ ਢਾਈ ਦਿਨ ਮਹੀਨੇ ਪਤਾ ਨਹੀਂ 5 ਮਹੀਨੇ ਤੋਂ ਲਗਭਗ ਤਲਵੰਡੀ ਸਾਬੋ ਕੀ ਵਾਲੇ ਪਲਾਂਟ ਦਾ ਇੱਕ ਯੂਨਿਟ ਬੰਦ ਪਿਆ ਇਹਨਾਂ ਨੂੰ ਪਤਾ ਨਹੀਂ ਜੇ ਬੰਦ ਸੀ ਯੂਨਿਟ ਸਰਕਾਰ ਨੇ ਤਰਦਦ ਕਰਨਾ ਹੁੰਦਾ ਸਰਕਾਰ ਨੇ ਕੋਸ਼ਿਸ਼ ਕਰਨੀ ਹੁੰਦੀ ਆ ਇਹਨਾਂ ਨੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਕੋਈ ਉਸ ਮਹਿ ਉਹ ਜਿਹੜਾ ਪ੍ਰਾਈਵੇਟ ਸਾਡਾ ਪਲੇਅਰ ਆ ਉਹਦੇ ਨਾਲ ਗੱਲ ਨਹੀਂ ਕੀਤੀ ਵੀ ਕਿਉਂ ਬੰਦ ਆ ਕੀ ਕਰਨਾ ਭਾਈ ਤੇਰਾ ਕਿਉਂ ਯੂਨਿਟ ਨਹੀਂ ਚੱਲਦਾ ਤੇ ਇਸ ਕਰਕੇ ਜਦੋਂ ਸਰਕਾਰ ਦਾ ਤਵੱਜੋ ਨਾ ਹੋਵੇ ਸਰਕਾਰ ਧਿਆਨ ਨਾ ਦੇਵੇ ਸਰਕਾਰ ਆਪਣੀ ਜ਼ਿੰਮੇਵਾਰੀ ਨਾ ਨਿਭਾਵੇ ਤੇ ਫਿਰ ਹਾਲਾਤ ਇਦਾਂ ਦੇ ਬਣਦੇ ਹੀ ਹੁੰਦੇ ਆ ਖੰਡੋ ਤੇ ਟੈਟਲ ਨੂੰ ਸਭ ਦੀ ਗੱਲ ਕਰ ਰਹੇ ਹੋ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਤੇ ਵੱਡੇ ਸਵਾਲ ਉੱਠਦੇ ਨੇ ਵੀ ਅਕਾਲੀ ਦਲ ਨੇ ਜਿਹੜੇ ਆਪਣੇ ਟਾਈਮ ਤੇ ਸਮਝੌਤੇ ਕੀਤੇ ਸੀ ਉਹ ਗਲਤ ਸੀ ਇਹਨਾਂ ਨੂੰ ਰੱਦ ਕਰਨੇ ਚਾਹੀਦੇ ਆ ਦੇਖੋ ਅਸੀਂ ਤਾਂ ਕਰਤੇ ਸੀ ਉਸ ਲੋਤੇ ਪੰਜਾਬ ਦੇ ਲੋਕਾਂ ਦੀ ਲੋੜ ਨੂੰ ਮੁੱਖ ਰੱਖ ਕੇ ਅਸੀਂ ਸਮਝੌਤੇ ਕਰ ਲਏ ਭਾਰਤ ਸਰਕਾਰ ਦੇ ਫਾਰਮੈਟ ਦੇ ਅਨੁਸਾਰ ਕੀਤੇ ਜਿਹਨਾਂ ਨੂੰ ਲੱਗਦਾ ਗਲਤ ਨੇ ਰੱਦ ਕਰ ਦੇਣ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕੱਲ ਵੀ ਕਿਹਾ ਵੀ ਰੱਦ ਕਰ ਦਿਓ ਸਾਨੂੰ ਕੀ ਪਰ ਰੱਦ ਕਰਨ ਤੋਂ ਪਹਿਲਾਂ ਤੁਸੀਂ ਲਗਭਗ 5000 ਮੈਗਾਵਾਟ ਬਿਜਲੀ ਦਾ ਇੰਤਜ਼ਾਮ ਕਰੋ ਅੱਜ ਪੰਜਾਬ ਤਰਸਦੀ ਚੱਲ ਰਿਹਾ ਅੱਜ ਪੰਜਾਬ ਫੇਸ ਕਰ ਰਿਹਾ ਕਟਾਂ ਨੂੰ ਤੇ ਜੇ ਤੁਸੀਂ 5000 ਮੈਗਾਵਾਟ ਬਿਜਲੀ ਹੋਰ ਇੱਕਦਮ ਬੰਦ ਕਰ ਦੋਗੇ ਤੇ ਫਿਰ ਪੰਜਾਬ ਦਾ ਹਾਲ ਕੀ ਹੋਊਗਾ ਪੰਜਾਬ ਦੇ ਲੋਕ ਕਿੱਧਰ ਜਾਣਗੇ ਪੰਜਾਬ ਨੂੰ ਕਿੱਥੋਂ ਬਿਜਲੀ ਦਿਓਗੇ ਇਹ ਵੀ ਇੰਤਜ਼ਾਮ ਕਰਕੇ ਤੁਸੀਂ ਰੱਦ ਕਰ ਦੋ ਅਸੀਂ ਕਦੋਂ ਕਹਿੰਦੇ ਨਾ ਰੱਦ ਕਰੋ ਸਰਦਾਰ ਅਰਸ਼ਕਵੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਵੀ ਰੱਦ ਵੀ ਕਰ ਦੋ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੁਝ ਗਲਤ ਕੀਤਾ ਪਰਚਾ ਦੇ ਦਿਓ ਸਾਡੇ ਤੇ ਪਰ ਗੱਲ ਸਹੀ ਕਰੋ ਲੋਕਾਂ ਨੂੰ ਗੁਮਰਾਹ ਨਾ ਕਰੋ ਲੋਕਾਂ ਨੂੰ ਸਹੀ ਗੱਲ ਦੱਸੋ ਪਿਕਚਰ ਦੱਸੋ ਇਹ ਗੱਲوں ਵਿਰਧ ਕਰਨਾ ਹੈ ਗੱਲ ਤਾਂ ਰੱਦ ਕਰਨ ਕਰ ਦੋ ਰੱਦ ਤੁਹਾਨੂੰ ਕੋਣ ਤੁਹਾਡੀ ਕਿਹਨੇ ਬਾਹ ਫੜੀ ਹੋਈ ਆ ਠੀਕ ਹੈ ਨਾ ਇਹ ਸਿਰਫ ਝੂਠ ਆ ਇਹ ਸਿਰਫ ਡਰਾਮੇਵਾਜ ਆ ਡਫਾਂਗ ਕਰਦੇ ਨੇ ਕੋਈ ਉਹਦੇ ਵਿੱਚ ਨੁਕਸ ਨਹੀਂ ਪੰਜਾਬ ਨੂੰ ਕੱਲ ਉਹਨਾਂ ਨੇ ਕਲੀਅਰ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਕੀ ਕੀ ਰੇਟ ਤੇ ਅਸੀਂ ਕੀਤੇ ਕਿੰਨਾ ਇਹਦਾ ਕਿੰਨਾ ਜਦੋਂ ਸਾਡੀ ਸਰਕਾਰ ਆਈ ਸੀ ਕਿੰਨਾ ਲਾਸਸ ਸੀ ਬਿਜਲੀ ਬੋਰਡ ਦਾ 34% ਲਾਸਸ ਸੀ ਜਦੋਂ ਬਿਜਲੀ ਦਾ ਜਿਹੜਾ ਅਸੀਂ 16% ਤੇ ਲਿਆਏ ਸੀ ਜਿਹੜਾ ਬਿਜਲੀ ਦਾ ਘਾਟਾ ਹਾਂਜੀ ਸੋ ਉਹ ਕਿਉਂ ਹੋਇਆ ਕਿਉਂਕਿ ਅਸੀਂ ਟ੍ਰਾਂਸਮਿਸ਼ਨ ਸਿਸਟਮ ਸਾਰਾ ਅਪਗ੍ਰੇਡ ਕੀਤਾ ਸੋ ਜੇ ਕੁਛ ਕਰਨਾ ਹੀ ਨਹੀਂ ਦੇਖੋ ਬਿਜਲੀ ਬੋਰਡ ਇੱਕ ਐਸਾ ਸਿਸਟਮ ਆ ਐਸਾ ਮਹਿਕਮਾ ਐਸਾ ਕਿ ਇਹ ਹਰ ਰੋਜ਼ ਮੀਟਿੰਗਾਂ ਮੰਗਦਾ ਹਰ ਸਮੇਂ ਮੀਟਿੰਗ ਮੰਗਦਾ ਹਰ ਸਮੇਂ ਕਿਉਂਕਿ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਸਰਦਾਰ ਸਖਬੀਰ ਸਿੰਘ ਬਾਦਲ ਉਹਨਾਂ ਦਾ ਬਿਲਕੁਲ ਇਸ ਇਸ ਮਹਿਕਮੇ ਦੇ ਬਿਲਕੁਲ ਨੇੜੇ ਨਜ਼ਦੀਕ ਹੀ ਰਹਿ ਕੇ ਰੋਜ਼ ਇਹਦੇ ਤੇ ਰਿਵਿਊ ਕਰਦੇ ਸੀ ਰੋਜ਼ ਮੀਟਿੰਗ ਕਰਦੇ ਸੀ ਰੋਜ਼ ਪਤਾ ਕਰਦੇ ਸੀ ਵੀ ਅੱਜ ਕਿੰਨੀ ਪੈਦਾ ਹੋਈਏ ਕਿੰਨੀ ਡਿਮਾਂਡ ਸੀ ਕਿੰਨੀ ਗੱਲ ਆ ਕਿੰਨੀ ਬਾਤ ਆ ਘਟਦਾ ਨਹੀਂ ਵੱਧਦਾ ਨਹੀਂ ਆਉਣ ਵਾਲੇ ਨਾਲੇ ਦੇਖੋ ਪੈ ਡਿਸੀਜਨ ਪੈਡੀ ਸੀਜ਼ਨ ਦਾ ਇੰਤਜ਼ਾਮ ਸਰਕਾਰ ਨੇ ਪਹਿਲਾਂ ਕਰਨਾ ਹੁੰਦਾ ਦੋ ਤਿੰਨ ਮਹੀਨੇ ਪਹਿਲਾਂ ਐਗਰੀਮੈਂਟ ਕਰਨੇ ਪੈਂਦੇ ਆ ਹੋਰ ਜੇ ਕਿਤੋਂ ਘੱਟ ਦੀ ਬਿਜਲੀ ਦਿਂਦੀ ਆ ਸਾਨੂੰ ਤੇ ਬਾਹਰ ਐਗਰੀਮੈਂਟ ਕਰਨੇ ਹੁੰਦੇ ਆ ਇਹ ਤਾਂ ਇਹ ਤਾਂ ਬੈਠੇ ਹੱਥਿਆਰ ਤਰੇ ਮੌਨ ਸੁਣਾਉਗੀ ਮੀ ਪੈ ਜਾਊਗਾ ਥੜਾ ਕੰਮ ਸਰ ਜਾਊਗਾ ਮੀ ਨੂੰ ਡੇਕੀ ਜਾਂਦੇ ਅੱਜ ਵੀ ਸੋ ਇਸ ਕਰਕੇ ਇਹ ਤਾਂ ਸਿਰਫ ਰੱਬ ਭਰੋਸੇ ਆ ਪ੍ਰਮਾਤਮਾ ਭਰੋਸੇ ਚੱਲ ਰਹੇ ਨੇ ਇਹ ਦਾ ਇਹਨਾਂ ਦਾ ਕੋਈ ਸਿਸਟਮ ਨਹੀਂ ਇਹਨਾਂ ਦਾ ਕੋਈ ਇੰਤਜ਼ਾਮ ਨਹੀਂ ਇਹਨਾਂ ਨੂੰ ਕੋਈ ਇਹਨਾਂ ਨੂੰ ਕੋਈ ਗਿਆਨ ਨਹੀਂ ਇਹਨਾਂ ਦੇ ਕੋਈ ਆਪਾਂ ਕਹਦੇ ਆ ਵੀ ਉਹ ਕੀ ਹੁਣ ਮਨੇ ਮਨੇ ਸ਼ਬਦ ਦੀ ਸੋਝ ਰਿਆ ਵੀ ਕੀ ਹੁੰਦਾ ਵੀ ਕੋਈ ਵੀ ਇਹਨਾਂ ਨੇ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਆਪਣੇ ਵੱਲੋਂ ਇੰਤਜ਼ਾਮ ਨਹੀਂ ਕੀਤੇ ਜਿਸ ਕਰਕੇ ਪੰਜਾਬ ਅੱਜ ਇਸ ਹਾਲਾਤਾਂ ਦੇ ਵਿੱਚ ਆ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕੱਲੇ ਗੱਲ ਕਹੀ ਆ ਬਸ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਿਜਲੀ ਬੋਰਡ ਤੇ ਉੱਤੇ ਸਪੈਸ਼ਲ ਕਿਉਂਕਿ ਸਾਹ ਦੇਖੋ ਸਰਕਾਰ ਤਾਂ ਪੰਜਾਬ ਦਾ ਸਾਡਾ ਨਾ ਬਿਲਕੁਲ ਪੰਜਾਬ ਨਾ ਤਾਂ ਆਪ ਵਾਲਿਆਂ ਦਾ ਦਿੱਲੀ ਵਾਲਿਆਂ ਦਾ ਨਾ ਕਾਂਗਰਸ ਵਾਲਾ ਦਿੱਲੀ ਅੱਜ ਦਿੱਲੀ ਫੇਰ ਬੈਠੇ ਨੇ ਇਹ ਨਾ ਤਾਂ ਇੱਥੇ ਪੰਜਾਬ ਨਾਲ ਕੀ ਐ ਜਦੋਂ ਦਿੱਲੀ ਕੋਈ ਤਲਬ ਕਰ ਲੈਂਦਾ ਇਹਨਾਂ ਨੂੰ ਇਹ ਕਾਹਦੇ ਮੁੱਖ ਮੰਤਰੀ ਨੇ ਕਾਹਦੇ ਮੰਤਰੀ ਨੇ ਕਾਦੀ ਪਾਰਟੀ ਆ ਵੀ ਇਹਨਾਂ ਨੂੰ ਤਲਬ ਕਰ ਲਿਆ ਜੀ ਦਿੱਲੀ ਤਲਬ ਕਰ ਲਿਆ ਜੀ ਦਿੱਲੀ ਫਿਰ ਮਤਲਬ ਦਿੱਲੀੋਂ ਚੱਲਣ ਵਾਲੀ ਪਾਰਟੀ ਆ ਦਿੱਲੀ ਕਦੇ ਪੰਜਾਬ ਦੀ ਸੱਕੀ ਨਹੀਂ ਜਿਹੜੇ ਬੰਦੇ ਦਿੱਲੀ 'ਚ ਬਹਿ ਕੇ ਫੈਸਲੇ ਕਰਦੇ ਆ ਉਹ ਪੰਜਾਬ ਦੇ ਹਿੱਤੇ ਵਿੱਚ ਕਦੇ ਕਰ ਹੀ ਨਹੀਂ ਸਕਦੇ ਨਾ ਕੇਜਰੀਵਾਲ ਨੂੰ ਪੰਜਾਬ ਨਾਲ ਕੋਈ ਸਨੇਹ ਤੇ ਤੇ ਹੋਆ ਨਾ ਸੋਨੀਆ ਤੇ ਗਾਂਧੀ ਪਰਿਵਾਰ ਨੂੰ ਪੰਜਾਬ ਨਾਲ ਕੋਈ ਸਨੇਹ ਤੇ ਤੇ ਹੋਆ ਨਾ ਭਾਜਪੀ ਵਾਲਿਆਂ ਨੂੰ ਪੰਜਾਬ ਨਾਲ ਸਨੇਹ ਤੇ ਤੇ ਹੋਆ ਪੰਜਾਬ ਨਾਲ ਜੇ ਸਨੇਹ ਤੇ ਤਯੋ ਕਿਸੇ ਨੂੰ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਆ ਕਿਉਂਕਿ ਪੰਜਾਬ ਸਾਡੀ ਭੂਮੀ ਆ ਪੰਜਾਬ ਦੇ ਅਸੀਂ ਵਾਰਸ ਆ ਪੰਜਾਬ ਸਾਡਾ ਪੰਜਾਬ ਦੇ ਲੋਕ ਸਾਡੇ ਨੇ ਪੰਜਾਬ ਦੇ ਲੋਕਾਂ ਦਾ ਦੁੱਖ ਸੁੱਖ ਸਾਡਾ ਸੋ ਉਹਨਾਂ ਦਾ ਦੁੱਖ ਸੁੱਖ ਜੇ ਸਮਝ ਸਕਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਸਮਝ ਸਕਦੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਮੇਰੀ ਅਪੀਲ ਆ ਵੀ ਐਵੇਂ ਨਾ ਇਧਰ ਉਧਰ ਭਟਕਿਆ ਕਰੋ ਤੁਹਾਡਾ ਵਾਰਸ ਪੰਜਾਬ ਅਕਾਲੀ ਦਲ ਆ ਅਕਾਲੀ ਦਲ ਦੇ ਵਾਰਸ ਤੁਸੀਂ ਹੋ ਤੇ ਇੱਕ ਦੂਜੇ ਦੇ ਆਪਾਂ ਪੂਰਵਕਾਂ ਤੇ ਆਪਣੇ ਤੋਂ ਬਿਨਾ ਨਾ ਤਾਂ ਅਕਾਲੀ ਦਲ ਤੋਂ ਬਿਨਾ ਪੰਜਾਬ ਦੀ ਕਿਸੇ ਨੇ ਸੁਣਨੀ ਨਾ ਤੇ ਨਾ ਤੁਹਾਡੇ ਤੋਂ ਬਿਨਾ ਕਾਲੀ ਦਲ ਦੀ ਕਿਸੇ ਨੇ ਸੁਣਨੀ ਆ। ਸੋ ਤੁਸੀਂ ਕਾਲੀ ਦਲ ਦਾ ਸਾਥ ਦਿਆ ਕਰੋ ਇਹਨਾਂ ਦੇ ਮਗਰ ਜਾਣ ਦੀ ਲੋੜ ਨਹੀਂ ਇਹਨਾਂ ਨੇ ਪੰਜਾਬ ਦਾ ਬੇੜਾਗਰ ਕਰਨਾ ਇਹ ਯੋਜਨਾਵਾਂ ਬਣਾਉਂਦੇ ਨੇ ਵੀ ਕਿਸੇ ਤਰੀਕੇ ਪੰਜਾਬ ਦਾ ਨੁਕਸਾਨ ਕੀਤਾ ਜਾਵੇ ਕਿਉਂਕਿ ਪੰਜਾਬ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਵਾ। ਸਭ ਤੁਹਾਡੀ ਸਰਕਾਰ ਰਹੀ ਹੈ 10 ਸਾਲ ਬਿਜਲੀ ਵਿਭਾਗ ਨੂੰ ਤੁਸੀਂ ਕਹਿੰਦੇ ਸੁਖਵੀਰ ਜੀ ਖੁਦ ਦੇਖਦੇ ਸੀ ਹੁਣ ਜੇਕਰ ਮੌਜੂਦਾ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਪਾਵਰ ਜਿਹੜੇ ਬਿਜਲੀ ਵਿਭਾਗ ਨੂੰ ਨਵਜੋਤ ਸਿੰਘ ਸਿੱਧੂ ਦੇ ਕੋਲ ਸੀਗਾ ਕਿ ਲੱਗਦਾ ਵੀ ਇਹ ਵੱਡਾ ਕਿਉਂਕਿ ਕੁਰਸੀ ਤੋਂ ਇੱਕ ਦਿਨ ਵੀ ਨਹੀਂ ਬੈਠੇ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਜਿਸ ਘਰ ਦਾ ਮੁਖੀ ਨਾ ਹੋਵੇ ਉਹ ਘਰ ਨੂੰ ਚਲਾਣਾ ਔਖਾ ਹੋ ਜਾਂਦਾ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਪੰਜਾਬ ਦੇ ਵਿੱਚ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਬਿਜਲੀ ਵਿਭਾਗ ਦਾ ਮੰਤਰੀ ਬਣਾਇਆ ਗਿਆ ਇਸ ਨੂੰ ਆਪਣੀ ਕੁਰਸੀ ਸੰਭ ਲੈਣੀ ਅੱਦਾ ਲੋਕਲ ਬਾਡੀ ਮਹਿਕਮਾ ਸਟੇ ਤੇ ਹੋ ਗਿਆ ਸੀ ਕਿਸੇ ਨੂੰ ਸਸਪੈਂਡ ਕਰਤਾ ਕਿਸੇ ਨੂੰ ਰਿਵੋਲਟ ਕਰਤਾ ਕਿਸੇ ਨੂੰ ਕੁੱਸ਼ ਕਰਤਾ ਕਿਸੇ ਨੂੰ ਕੁੱਸ਼ ਕਰਤਾ ਕਿਸੇ ਦੀ ਇਨਕੁਆਰੀ ਲਵਾਤੀ ਇਸ ਤਰ੍ਹਾਂ ਦੇ ਮੰਤਰੀ ਦੇਖੋ ਇਸ ਤਰ੍ਹਾਂ ਦੀ ਸਰਕਾਰ ਨਹੀਂ ਚੱਲਦੀ ਹੁੰਦੀਆਂ ਸਰਕਾਰ ਚੱਲਦੀ ਹੁੰਦੀ ਹੈ ਕੰਪਰੋਮਾਈਜ਼ ਦੇ ਨਾਲ ਆਪਣੇ ਮਹਿਕਮੇ ਦੇ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਜੇ ਤੁਸੀਂ ਆਪਣੇ ਆਪਣੇ ਆਰਡਰ ਜਾਰੀ ਕਰੀ ਜਾਣੇ ਆ ਆਪਣੇ ਤੁਸੀਂ ਹੁਕਮ ਜਾਰੀ ਕਰੀ ਜਾਣੇ ਆ ਅਗਲੇ ਦਿਨ ਸੁਣਨੀ ਕੋਈ ਨਹੀਂ ਫਿਰ ਮਸਲਾ ਕਿਵੇਂ ਹੱਲ ਹੋਊ ਉਸ ਵੇਲੇ ਪੰਜਾਬ ਪਿੱਛੇ ਚਲਾ ਗਿਆ ਇਹਦੇ 2.5 ਸਾਲ ਦੇ ਦੌਰਾਨ ਜੇ ਕਿਤੇ ਬਿਜਲੀ ਦਾ ਵਿਭਾਗ ਇਹਦੇ ਕੋਲ ਚਲਾ ਜਾਂਦਾ ਮੈਂ ਕਹਿੰਦਾ ਅੱਜ ਤੱਕ ਚਲੋ ਹਜੇ ਆਪਾਂ ਨੂੰ ਆ ਲਾਸਟ ਸਾਲ ਵਿੱਚ ਪ੍ਰੋਬਲਮ ਆਈ ਆ ਜਿੱਦਨੇ ਨੇ ਬਹਿਣਾ ਸੀ ਉਦੋਂ ਤੋਂ ਹੀ ਆ ਜਾਣੀ ਸੀ ਕਿਉਂਕਿ ਜਿਹੜੇ ਮੁਲਾਜ਼ਮ ਆ ਮੁਲਾਜ਼ਮਾਂ ਦੇ ਸਾਥ ਤੇ ਸਹਿਯੋਗ ਦੇ ਨਾਲ ਕੰਮ ਚੱਲਦਾ ਇਹ ਨਹੀਂ ਤਾਂ ਇਹ ਮੁਲਾਜ਼ਮਾਂ ਨਾਲ ਬਣਾ ਕੇ ਰੱਖਣੀ ਨਹੀਂ ਸੀ ਇੱਕ ਦਿਨ ਵੀ ਇਹ ਕੋਈ ਬੰਦਾ ਥੋੜਾ ਇਹਦੇ ਇਹ ਦੇਖੋ ਠੀਕ ਹੈ ਸਾਡੇ ਲੋਕਾਂ ਨੂੰ ਪਤਾ ਨਹੀਂ ਕਿਹੜਾ ਭੁਲੇਖਾ ਪਿਆ ਵੀ ਪਤਾ ਨਹੀਂ ਕੀ ਕਰ ਦੂਗਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ 빙ਾ ਟੇੜਾ ਤੁਰਨਾ ਬੜਾ ਸੌਖਾ ਹੁੰਦਾ ਪਰ ਜਿਹੜਾ ਪ੍ਰੈਕਟੀਕ ਪ੍ਰੈਕਟੀਕਲ ਉਹੀ ਕਰ ਸਕਦਾ ਜਿਹਨੂੰ ਤਜਰਬਾ ਹੋਵੇ ਜਿਹਨੂੰ ਇਹਦੀ ਇਹਦੀ ਗਹਿਰਾਈ ਦਾ ਪਤਾ ਹੋਵੇ ਕਿਵੇਂ ਸਰਕਾਰਾਂ ਚੱਲਦੀਆਂ ਨੇ ਕਿਵੇਂ ਮਹਿਕਮੇ ਚੱਲਦੇ ਨੇ ਕਿਵੇਂ ਇਹਨਾਂ ਨੂੰ ਚਲਾਇਆ ਜਾ ਸਕਦਾ ਕਿਵੇਂ ਸਹਿਯੋਗ ਲਿਆ ਜਾ ਸਕਦਾ ਸੰਗਤ ਦਾ ਪਬਲਿਕ ਦਾ ਲੋਕਾਂ ਦਾ ਮੁਲਾਜ਼ਮਾਂ ਦਾ ਅਫਸਰਾਂ ਦਾ ਇਹ ਸਾਰਿਆਂ ਦਾ ਇੱਕ ਸਹਿਯੋਗ ਦੇ ਨਾਲ ਚੱਲਣ ਵਾਲਾ ਪਾਰਟੀ ਹੁੰਦੀ ਹੈ ਇੱਕ ਸਰਕਾਰ ਹੁੰਦੀ ਹੈ ਇਹਦੀ ਬਿਲਕੁਲ ਆ ਹੀ ਬੰਦਾ ਕੋਈ ਆਪਣੀ ਮਰਜ਼ੀ ਕਰੀ ਜਾਵੇ ਤੇ ਮੈਂ ਬਾਹਾਂ ਚੌੜੀਆਂ ਕਰਕੇ ਤੁਰਿਆ ਫਿਰੇ ਇਦਾਂ ਨਹੀਂ ਚੱਲਦਾ ਹੁੰਦਾ ਸਰਕਾਰ ਨੂੰ ਲੱਗਦਾ ਨਹੀਂ ਮੌਜੂਦਾ ਸਰਕਾਰ ਨੇ ਜਿਹੜਾ ਫੈਸਲਾ ਲਿਆ ਫਿਰ ਗਲਤ ਲਿਆ ਸੀ ਕਿਉਂਕਿ ਬਿਜਲੀ ਵਿਭਾਗ ਜਿਹੜਾ ਇੱਕ ਵੱਡਾ ਵਿਭਾਗ ਹੈ ਕਿਸੇ ਨਾ ਕਿਸ ਨੂੰ ਤਾਂ ਉਸ ਤੇ ਨਿਗਰਾਨੀ ਰੱਖਣੀ ਚਾਹੀਦੀ ਸੀ ਕਿਸੇ ਨਾ ਕਿਸ ਨੂੰ ਬਿਠਾਉਣਾ ਚਾਹੀਦਾ ਸੀ ਨਾ ਕਿ ਕਾਫੀ ਲੰਬੇ ਸਮੇਂ ਤੋਂ ਕੋਈ ਮੰਤਰੀ ਨਹੀਂ ਹੈ ਕੋਈ ਇਹਨੂੰ ਦੇਖਣ ਵਾਲਾ ਨਹੀਂ ਕਿ ਲੱਗਦਾ ਨਹੀਂ ਵੱਡਾ ਕਰਦਾ ਜਿਹੜਾ ਅੱਜ ਬਿਜਲੀ ਦਾ ਸੰਕਟ ਆਇਆ ਵਾ ਦੇਖੋ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਮੁੱਖ ਮੰਤਰੀ ਸਾਹਿਬ ਕੋਲੇ ਆਪਦੇ ਕੋਲੇ ਵੀ ਵਿਭਾਗ ਹੈ ਸੀ ਉਹਨਾਂ ਦਾ ਫਰਜ਼ ਬੰਦਾ ਸੀ ਵੀ ਇਹਦੇ ਤੇ ਤਵਜਾ ਦਿੰਦੇ ਟੈਕਨੀਕਲ ਬੰਦਾ ਇਹਦਾ ਚੇਅਰਮੈਨ ਲ ਆਈਏਐਸ ਨੋ ਡਾਟ ਵੀ ਸਿਆਣੇ ਹੁੰਦੇ ਨੇ ਐਡੀ ਉੱਚੀ ਪੋਸਟ ਤੇ ਪਹੁੰਚਣਾ ਬੜੀ ਵੱਡੀ ਤਪੱਸਿਆ ਹੁੰਦੀ ਆ ਪਰ ਜਿਹੜੀ ਟੈਕਨੀਕਲ ਗੱਲਾਂ ਉਹਦੇ ਬਾਰੇ ਉਹ ਨਹੀਂ ਜਾਣ ਕਰਦੇ ਰੱਖ ਸਕਦੇ ਜਾਣਕਾਰੀ ਨਹੀਂ ਹੋ ਸਕਦੀ ਇਹ ਟੈਕਨੀਕਲ ਕੰਮ ਆ ਬਿਜਲੀ ਨੂੰ ਪੈਦਾ ਕਰਨਾ ਬਿਜਲੀ ਨੂੰ ਸਪਲਾਈ ਦੇਣੀ ਬਿਜਲੀ ਦਾ ਨਾ ਜੋੜ ਤੋੜ ਕਰਨੇ ਸਾਰਾ ਸਮੇਂ ਤੋਂ ਕਿਹੜੇ ਸਮੇਂ ਕਿਹੜੇ ਮਹੀਨੇ ਕਿੰਨੀ ਡਿਮਾਂਡ ਆ ਉਹਨੂੰ ਕਿਵੇਂ ਪੂਰਾ ਕਰਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਟੈਕਨੀਕਲ ਬੰਦੇ ਜਾਣਦੇ ਹੁੰਦੇ ਕਿਸੇ ਟੈਕਨੀਕਲ ਬੰਦੇ ਨੂੰ ਲਾਇਆ ਹੁੰਦਾ ਸ਼ਾਇਦ ਇਹ ਪ੍ਰੋਬਲਮ ਨਾ ਆਉਦੀ ਪਰ ਕਿਉਂਕਿ ਇਹਨਾਂ ਦੀ ਤਵੱਜੋ ਹੀ ਨਹੀਂ ਧਿਆਨ ਹੀ ਨਹੀਂ ਜੇ ਪ੍ਰੋਬਲਮ ਆਉਣੀ ਹੀ ਸੀ ਜੇ ਕਿਤੇ ਸਿੱਧੂ ਵਰਗਾ ਢਾਈ ਸਾਲ ਪਹਿਲਾਂ ਬਹਿ ਜਾਂਦਾ ਇਹ ਹੁਣ ਇਤੋਂ ਵੀ ਜ਼ਿਆਦਾ ਪ੍ਰੋਬਲਮ ਆਉਣੀ ਸੀ ਕਿਉਂਕਿ ਇਹ ਬੰਦਾ ਗੱਲਾਂ ਕਰਨ ਜੋਗਾ ਦੇਖ ਲਿਓ ਜੇ ਪਰਮਾਤਮਾ ਨਾ ਕਰੇ ਵੀ ਇਹਨਾਂ ਕੋਲੇ ਕੋਈ ਮੌਕਾ ਆਵੇ ਤੇ ਜੇ ਕਿਤੇ ਮੌਕਾ ਆ ਗਿਆ ਨਾ ਤੇ ਹਾਲਾਤ ਪੰਜਾਬ ਦੇ ਕੀ ਹੋਣਗੇ ਚਾਹੇ ਕੇਂਦਰੀ ਬਲ ਹੋਵੇ ਭਗਵਾਨਤ ਮਾਨ ਹੁਣੇ ਗੱਲਾਂ ਕਰਦੇ ਨੇ ਬੜੇ ਹੱਥ ਉਤ ਮਾਰ ਕੇ ਇਹ ਕੋਈ ਚੁਟਕਲੇਵਾਜ ਨੇ ਇਹ ਇਹ ਗੱਲਾਂ ਹਸਾਉਣ ਜੋਗੇ ਨੇ ਲੋਕਾਂ ਨੂੰ ਹਸਾ ਸਕਦੇ ਨੇ ਤਾੜੀਆਂ ਮਾਰ ਸਕਦੇ ਨੇ ਝੂਠਾ ਹੱਸਾ ਆ ਪਾ ਸਕਦੇ ਨੇ ਪਰ ਜਿਹੜਾ ਇਹ ਪੰਜਾਬ ਚਲਾਉਣਾ ਇਹ ਜਾਂ ਕੋਈ ਸਰਕਾਰ ਚਲਾਉਣੀ ਇਹ ਤਾੜੀਆਂ ਤੂੜੀਆਂ ਵਾਲਾ ਕੰਮ ਨਹੀਂ ਇਹ ਤਾਂ ਬਹੁਤ ਸੀਰੀਅਸ ਕੰਮ ਦਾ ਬੜਾ ਗੰਭੀਰਤਾ ਦੇ ਨਾਲ ਚੱਲਣ ਵਾਲੀਆਂ ਗੱਲਾਂ ਹੁੰਦੀਆਂ ਬੜੀ ਪਲੈਨਿੰਗ ਦੇ ਨਾਲ ਕੰਮ ਕਰਨਾ ਹੁੰਦਾ ਇਹਨਾਂ ਦੀ ਕੋਈ ਪਲੈਨਿੰਗ ਹੀ ਨਹੀਂ ਇਹਨਾਂ ਲੋਕਾਂ ਦੀ ਕੋਈ ਪਲੈਨਿੰਗ ਨਹੀਂ ਇਹ ਤਾਂ ਕਹਿੰਦੇ ਵੀ ਪਤਾ ਨਹੀਂ ਹੱਜ ਮੈਂ ਸਰਕਾਰ ਆ ਪੰਜਾਬ ਦੀ ਸਰਕਾਰ ਰੱਬ ਆਸਰੇ ਜੀ ਮੀ ਪਾਊਗਾ ਤੇ ਬਿਜਲੀ ਠੀਕ ਹੋ ਜਾਊਗੀ ਮੀ ਨਾ ਪਿਆ ਤਾਂ ਨਹੀਂ ਠੀਕ ਹੋਣੀ ਉਹ ਇਹ ਰੱਬ ਆਸਰੇ ਚੱਲਣ ਵਾਲੀਆਂ ਗੱਲਾਂ ਕਰਦੇ ਆ ਲੋ ਸਾਹਿਬ ਇੱਕ ਮੇਰਾ ਆਖਰੀ ਸਵਾਲ ਹੈ ਕਿ ਲੱਗਦਾ ਨਹੀਂ ਉਹ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜਾ ਕੀ ਇਹਦਾ ਲਾਹਾ ਲੈਣ ਨੂੰ ਫਿਰਦੀਆਂ ਪਈਆਂ ਨੇ ਬਿਜਲੀ ਦੇ ਵੱਡੇ ਵੱਡੇ ਕਟ ਲੱਗਦੇ ਨੇ ਭਾਜਪਾ ਕਹਿੰਦੀ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ 5 ਰੁਪਏ ਜਿਹਨਾਂ ਦੇਵਾਂਗੇ ਅਕਾਲੀ ਦਲ ਕਹਿੰਦਾ 200 ਜੁਨਟ ਪਹਿਲੀ ਫ੍ਰੀ ਦੇ ਰਹੇ ਆ ਕਾਂਗਰਸ ਕਹਿੰਦੀ ਹੈ ਵੀ ਅਸੀਂ 300 ਜੁਨਟ ਦੇਣੀ ਸੀ ਸਾਡਾ ਜਿਹੜਾ ਕੀ ਪਲਾਨ ਆ ਉਹ ਕੇਜਰੀਵਾਲ ਨੇ ਚੋਰੀ ਕੀਤਾ ਤੇ ਕੇਜਰੀਵਾਲ ਆਪ ਵਾਲੇ ਕਹਿੰਦੇ ਸੀ 300 ਜੁਨਟ ਫ੍ਰੀ ਦਵਾਂਗੇ ਬਿਜਲੀ ਦੀ ਕੀ ਲੱਗਦਾ ਨਹੀਂ ਸਾਰੀਆਂ ਸਿਆਸੀ ਪਾਰਟੀਆਂ ਲਾਹਾ ਲੈਣ ਨੂੰ ਫਿਰਦੀਆਂ ਨੇ ਲੋਕਾਂ ਤੋਂ ਇੱਥੇ ਦੀਆਂ ਇੱਥੇ ਬਾਕੀ ਭਾਰਤ ਦੇ ਨਾਲੋਂ ਬਹੁਤ ਵੱਖ-ਵੱਖ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਇੱਥੇ ਦੇ ਜਿਹੜੇ ਬਚੰਦਿਆਂ ਦਾ ਸੁਭਾਅ ਵੱਖਵਾ ਠੀਕ ਹੈ ਇਹ ਸੇਤੀ ਕਿਸੇ ਤੇ ਭਰੋਸਾ ਕਰ ਜਾਂਦੇ ਨੇ ਭਰੋਸਾ ਕਰਕੇ ਬਾਅਦ ਨੂੰ ਨੁਕਸਾਨ ਵੀ ਉਠਾਉਂਦੇ ਨੇ ਪਰ ਜਿਹੜੇ ਇਹ ਲੋਕ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਹੇ ਚਾਹੇ ਉਹ ਕੇਜਰੀਵਾਲ ਹੋਵੇ ਕੇਜਰੀਵਾਲ ਤਾਂ ਦੇਖੋ ਪਹਿਲਾਂ ਇਸ ਗੱਲ ਦਾ ਹੀ ਜਵਾਬ ਦੇ ਦੇਵੇ ਵੀ ਤੇਰੀ ਦਿੱਲੀ ਦੀ ਸਰਕਾਰ ਚੱਲਦੀ ਹੈ ਤੂੰ ਉੱਥੇ 300 ਜੁਨਟ ਕਿਉਂ ਨਹੀਂ ਮਾਫ ਕਰਦਾ ਉੱਥੇ ਤਾਂ ਤੂੰ ਕਰ ਸਕਦਾ ਨਾ ਅੱਜ ਹੀ ਅਖਰੀ ਦੋ ਲੈ ਕੇ ਆਰਡਰੀ ਪਾਸ ਕਰਨਾ ਉਤੇ ਤੂੰ ਕਰ ਨਹੀਂ ਰਿਹਾ ਇੱਥੇ ਦੇ ਲੋਕਾਂ ਨੂੰ ਤੂੰ ਭਰਮਾ ਰਿਹਾ ਜੇ ਤੇਰੇ ਕੋਲੇ ਤੇਰ ਤੂੰ ਇੰਨਾ ਹੀ ਸੁਧਰ ਹਾਂ ਜੇ ਤੂੰ ਇੰਨਾ ਹੀ ਲੋਕਾਂ ਪ੍ਰਤੀ ਵਫਾਦਾਰ ਆਂ ਜਾਂ ਲੋਕਾਂ ਦਾ ਤੂੰ ਕੰਮ ਕਰਨਾ ਚਾਹੁੰਦਾ ਤੇ ਦਿੱਲੀ ਚ ਕਰ ਪਹਿਲਾਂ ਫਿਰ ਤੇਰਾ ਇਹ ਕੀ ਗਏ ਗੁਫਾਵਾ ਵੀ ਤੂੰ ਕਹਿੰਦਾ ਵੀ 301 ਹੋਗੀ ਤੇ ਮੈਂ ਸਾਰੇ ਪੈਸੇ ਲਵਾਂਗਾ ਜਦ ਕਿ ਸਾਡੇ ਲੋਕਾਂ ਨੂੰ ਅਸੀਂ 200 ਯੂਨਟ ਮਾਫ ਕੀਤੇ ਆ ਸੀ 200 ਇੱਕ ਹੋ ਜਵੇ 210 ਹੋ ਜਵੇ ਅਸੀਂ ਦਸਾਂ ਦੇ ਲਵਾਂਗੇ 200 ਦੇ ਨਹੀਂ ਲਵਾਂਗੇ ਲੈਂਦੇ ਹੀ ਨਹੀਂ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ ਜੇ ਮਾਫੀ ਦਿੱਤੀ ਹੈ ਤਾਂ ਮਾਫੀ ਦਾ ਇਹ ਮਤਲਬ ਹੁੰਦਾ ਇਹ ਤੁਹਾਡਾ ਮਤਲਬ ਹੈ ਵੀ 1000 ਸੇ ਇੱਕ ਹੋ ਗਿਆ ਜੀ ਮਤਲਬ 1000 ਦੇ ਵੀ ਪੈਸੇ ਵੀ ਨਾਲ ਲਊਗਾ ਇਹ ਸਿਰਫ ਤੇ ਸਿਰਫ ਇੱਕ ਲੋਕਾਂ ਨੂੰ ਅੱਖੀ ਘੱਟਾ ਪਾਉਣ ਵਾਲੀ ਆਦਾ ਕੋਈ ਉਹਨਾਂ ਦੀ ਸੇਵਾ ਦੀ ਭਾਵਨਾ ਨਹੀਂ ਇਹ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੇ ਅੱਖਾਂ 'ਚ ਘੱਟਾ ਪਾ ਕੇ ਕਿਸੇ ਤਰੀਕੇ ਕੁਰਸੀ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਹੱਥ ਪਾਉਣਾ ਚਾਹੁੰਦੇ ਨੇ ਕੁਰਸੀ ਨੂੰ ਫੇਰ ਹਾਲ ਕੀ ਹੋਣਾ ਜਿਹੜਾ ਕੈਪਟਨ ਸਾਹਿਬ ਨੇ ਕਿਹਾ ਇੱਕ ਘਰ-ਘਰ ਦਾ ਸਾਰਿਆਂ ਦਾ ਕਰਜ਼ਾ ਮਾਫ਼ ਕਰਾਂਗੇ ਤੇ ਘਰ-ਘਰ ਨੌਕਰੀ ਦੇ ਦੇਾਂਗੇ ਤੇ ਮੁੜ ਕੇ ਜਦੋਂ ਬਹਿ ਗਏ ਕੁਰਸੀ ਤੇ ਕਹਿੰਦੇ ਜੀ ਸਾਡਾ ਤਾਂ ਬਜਟ ਹੀ ਲਾਉ ਨਹੀਂ ਕਰਦਾ ਸਾਡੇ ਤੇ ਪਹਿਲਾਂ ਹੀ ਕਰ ਜਾਈ ਬਹੁਤ ਆਸੀਂ ਕਿਥੋਂ ਕਿਥੋਂ ਕਰ ਦਈਏ ਇਹ ਗੱਲਾਂ ਕੈਪਟਨ ਨੇ ਕੀਤੀਆਂ ਕੱਲ ਕੱਲ ਨੂੰ ਕੇਜਰੀਵਾਲ ਵੀ ਕਰੂ ਜੇ ਮੌਕਾ ਮਿਲ ਗਿਆ ਪਹਿਲੀ ਕੱਲ ਤਾਂ ਮਿਲਣਾ ਹੀ ਨਹੀਂ ਕਿਉਂਕਿ ਬਹੁਤ ਦੂਰ ਆ ਦਿੱਲੀ ਦਿੱਲੀ ਤਾਂ ਬੈਠਾ ਨਾ ਪਰ ਜਿਵੇਂ ਪੰਜਾਬ ਤੋਂ ਦਿੱਲੀ ਦੂਰ ਆ ਐਵੇਂ ਦਿੱਲੀੋਂ ਪੰਜਾਬ ਉਹਦੇ ਲਈ ਬਹੁਤ ਦੂਰ ਆ ਇਹ ਭੁਲੇਖਾ ਕੱਢ ਦਵੇ ਪੰਜਾਬ ਦੇ ਲੋਕ ਬਾਰ ਬਾਰ ਐਕਸਪੈਰੀਮੈਂਟ ਨਹੀਂ ਕਰਨਗੇ ਪਿਛਲੀ ਵਾਰੀ ਐਕਸਪੈਰੀਮੈਂਟ ਕੀਤਾ ਉਹ ਪੰਜਾਬ ਘਾਟੇ 'ਚ ਗਿਆ ਧੋਖੇ 'ਚ ਗਿਆ ਲੋਕਾਂ ਦਾ ਨੁਕਸਾਨ ਹੋਇਆ ਹੁਣ ਪੰਜਾਬ ਦੇ ਲੋਕ ਪਰਖੀ ਹੋਈ ਪਾਰਟੀ ਪਰ ਕਿਉਂ ਇਹ ਆਗੂ ਸ਼ੋਮਨੀ ਕਾਲੀਦਾ ਤੇ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਹੀ ਮੌਕਾ ਦੇਣ ਕਿਉਂਕਿ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਔਰ ਹੌਣ ਵਾਲੇ ਸਮੇਂ ਦੇ ਵਿੱਚ ਵੀ ਜੋ ਉਹ ਕਹਿ ਰਹੇ ਨੇ ਉਹ ਕਰਨਗੇ ਇਹ ਲੋਕਾਂ ਨੂੰ ਭਰੋਸਾ ਸੋ ਵਿਸ਼ੇਨ ਸਾੜਨਾਲ ਕਾੜੀ ਦਲ ਦੇ ਜਿਲ੍ਹਾ ਪ੍ਰਧਾਨ ਰঞ্জੀਤ ਸਿੰਘ ਢਿੱਲੋਂ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਟਟਕਲਿਆ ਨਾਲ ਲੋਕਾਂ ਨੂੰ ਆਸਾਨਾ ਤਾਂ ਬਹੁਤ ਸੋਖ ਹੈ ਪਰ ਸਰਕਾਰ ਦੇ ਵਿੱਚ ਰਹਿ ਕੇ ਸਰਕਾਰਾਂ ਚਲਾਉਣੀਆਂ ਇਹ ਬਹੁਤ ਔਖਾ ਹੈ ਅਤੇ ਨਾਲ ਹੀ ਕਾਂਗਰਸ ਦੇ ਵੀ ਵੱਡੇ ਸਵਾਲ ਚੁੱਕੇ ਨੇ ਵੀ ਜਿਹੜਾ ਮੇਨਟੇਨੈਂਸ ਨਾ ਹੋਣ ਕਰਕੇ ਸਮੇਂ ਦੇ ਤਾਂ ਜੋ ਲੋਕਾਂ ਨੂੰ ਅੱਜ ਜਿਹੜਾ ਕਿ ਖਮਿਆਜਾ ਦਾ ਭੁਗਤਣਾ ਪੈ ਸਕਦਾ ਹੈ ਤੇ ਜੇਕਰ ਕਾੜੀ ਦਲ ਦੀ ਸਰਕਾਰ ਬਣ ਜਾਈਦਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਕਿ ਬਿਜਲੀ ਸੰਕਟ ਹੈ ਉਹਨੂੰ ਉਸ ਤੋਂ ਰਾਹਤ ਦਿੱਤੀ ਜਾਵੇਗੀ ਕੈਮਰਾ ਪਰਤਨ ਪੌਮ ਦੇ ਨਾਲ ਹਿੰਮਤ ਸਿੰਘ ਦੀ ਗਪਾਲ ਦੇਨਿਕ ਸਵੇਰਾ ਲੁਧਿਆਣਾ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹਨੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ